ਰਾਜਾ ਵੜਿੰਗ ਜੀ ਕਿਆ ਕਰਦੇ ਸੀ? ਕਹਿੰਦੇ ਸੀ ਮੈਂ ਆਸ਼ਾ ਵਾਂ ਤੇ ਬਾਦਲ ਬਾਈ ਲਾਰਸਾ। ਕਹਿੰਦੇ ਜੇ ਕਿਤੇ ਪੇਚਾ ਪੈ ਗਿਆ ਤੇ ਗੁੱਡੀਆਂ ਘਸਾ ਦੂੰ। ਔਰ ਅੱਜ ਦੇ ਮੈਂ ਪਿੰਡਾਂ ਦਾ ਮਾਹੌਲ ਵੇਖ ਕੇ ਕਹਿੰਦਾ ਰਾਜਾ ਜੀ ਕੱਲੀਆਂ ਗੁੱਡੀਆਂ ਨਹੀਂ ਘਸਣੀਆਂ, ਬਠਿੰਡੇ ਵਾਲੇ ਤੁਹਾਡੇ ਨਾਲ ਆ, ਇਹਨਾਂ ਦੇ ਰਿਮ ਵੀ ਵਿੰਗੇ ਕਰਨਗੇ। ਲੋਕ ਸਭਾ ਹਲਕਾ ਤੋਂ ਉਮੀਦਵਾਰ ਰਾਜਾ ਵੜਿੰਗ ਅੱਜ ਬਠਿੰਡਾ ਦਿਹਾਤੀ ਤੋਂ ਚੋਣ ਪ੍ਰਚਾਰ ਕਰ ਰਹੇ ਨੇ, ਉਹਨਾਂ ਦਾ ਸਾਥ ਦੇਣ ਆਏ ਨੇ ਵਿਧਾਇਕ ਕੁਲਬੀਰ ਸਿੰਘ ਜੀਰਾ, ਗੱਲਬਾਤ ਕਰਦੇ ਹਾਂ, ਸਾਡੇ ਨਾਲ ਮੌਜੂਦ ਨੇ। ਜੀਰਾ ਸਾਹਿਬ, ਕੀ ਕਹਿਣਾ ਚਾਹੋਗੇ ਅੱਜ ਚੋਣ ਪ੍ਰਚਾਰ ਤੁਸੀਂ ਕਰ? ਗੱਲ ਆ ਜੀ ਜੁਗਨੂੰ ਜੀ, ਸਭ ਤੋਂ ਪਹਿਲਾਂ ਤਾਂ ਮੈਂ ਦੈਨਿਕ ਸਵੇਰਾ ਦਾ ਧੰਨਵਾਦ ਕਰਦਾ ਕਿ ਜਿਹੜੀ ਤੁਸੀਂ ਸਾਡੀ ਕਵਰਿੰਗ ਕਰ ਰਹੇ ਹੋ। ਔਰ ਮੈਂ ਗੱਲ ਇਹ ਕਹਿਣਾ ਚਾਹੁੰਦਾ ਕਿ ਅੱਜ ਜੋ ਮੈਨੂੰ ਲੋਕਾਂ ਨੇ ਮਾਣ ਪਿਆਰ ਅਤੇ ਸਤਿਕਾਰ ਦਿੱਤਾ, ਤਾਂ ਇੱਥੋਂ ਲੱਗਦਾ ਕਿ ਰਾਜਾ ਵੜਿੰਗ ਜੀ ਘੱਟੋ ਘੱਟ 1.5 ਲੱਖ ਵੋਟ ਦੇ ਉੱਪਰ ਬਠਿੰਡਾ ਤੋਂ ਜਿਹੜੀ ਇਹ ਜਿੱਤ ਪ੍ਰਾਪਤ ਕਰਨਗੇ। ਔਰ ਦਿਹਾਤੀ ਦੇ ਲੋਕ ਮੈਨੂੰ ਇਹ ਗੱਲ ਕਹਿੰਦੇ ਆ ਕਿ ਰਾਜੇ ਵੜਿੰਗ ਨੇ 2 ਸਾਲਾਂ ਦੇ ਵਿੱਚ ਘੱਟੋ ਘੱਟ ਜ਼ਿਆਦਾ ਨਹੀਂ ਅਤੇ 11 ਕਰੋੜ ਰੁਪਈਏ ਦਾ ਜਿਹੜਾ ਕੰਮ ਆ ਉਹ ਗਿੱਦੜਵਾ ਦਾ ਕਰਾਇਆ। ਔਰ ਉਹ ਕਹਿੰਦੇ ਅਸੀਂ ਮੰਗ ਸੀ ਸਾਡੀ ਬੜੇ ਲੰਮੇ ਸਮੇਂ ਤੋਂ ਕਿ ਰਾਜਾ ਵੜਿੰਗ ਜਿਹੜਾ ਹੈ ਕਿ ਜੇ ਉਹਨੂੰ ਟਿਕਟ ਮਿਲੇ ਤਾਂ ਬਠਿੰਡੇ ਤੋਂ ਮਿਲੇ। ਲੋਕਾਂ ਦੀ ਉਹ ਮਨੋਕਾਮਨਾ ਪੂਰੀ ਹੋਈ ਆ। ਔਰ ਰਾਹੁਲ ਗਾਂਧੀ ਜੀ ਨੇ ਔਰ ਕੈਪਟਨ ਅਮਰਿੰਦਰ ਸਿੰਘ ਜੀ ਨੇ ਰਾਜਾ ਵੜਿੰਗ ਜੀ ਨੂੰ ਟਿਕਟ ਦਿੱਤੀ। ਔਰ ਰਾਜਾ ਵੜਿੰਗ ਜੀ ਦੀ ਵੀ ਇੱਕ ਇੱਛਾ ਸੀ। ਰਾਜਾ ਵੜਿੰਗ ਜੀ ਕਿਆ ਕਰਦੇ ਸੀ? ਕਹਿੰਦੇ ਸੀ ਮੈਂ ਆਸ਼ਾ ਵਾਂ ਅਤੇ ਬਾਦਲ ਬਾਈ ਲਾਰਸਾ। ਕਹਿੰਦੇ ਜੇ ਕਿਤੇ ਪੇਚਾ ਪੈ ਗਿਆ ਤੇ ਗੁੱਡੀਆਂ ਘਸਾ ਦੂੰ। ਔਰ ਅੱਜ ਦੇ ਮੈਂ ਪਿੰਡਾਂ ਦਾ ਮਾਹੌਲ ਵੇਖ ਕੇ ਕਹਿੰਦਾ ਰਾਜਾ ਜੀ ਕੱਲੀਆਂ ਗੁੱਡੀਆਂ ਨਹੀਂ ਘਸਣੀਆਂ, ਬਠਿੰਡੇ ਵਾਲੇ ਤੁਹਾਡੇ ਨਾਲ ਆ, ਇਹਨਾਂ ਦੇ ਰਿਮ ਵੀ ਵਿੰਗੇ ਕਰਨਗੇ। ਪਰ ਵਿਰੋਧੀ ਇਹ ਗੱਲ ਚੁੱਕ ਰਹੇ ਨੇ ਕਿ ਕਾਂਗਰਸ ਨੂੰ ਵੀ ਕੋਈ ਕੈਂਡੀਡੇਟ ਨਹੀਂ ਮਿਲਿਆ ਬਠਿੰਡਾ ਲੋਕ ਸਭਾ ਤੋਂ, ਰਾਜਾ ਵੜਿੰਗ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ, ਤੁਸੀਂ ਕਿਵੇਂ ਦੇਖਦੇ? ਜੇ ਰਾਜਾ ਵੜਿੰਗ ਬਲੀ ਦਾ ਬੱਕਰਾ ਹੈ ਤੇ ਦਰੀ ਬਾਦਲਾਂ ਦੇ ਘਰੇ ਕਿਉਂ ਵਿਛੀ ਪਈ ਹੈ? ਬਾਦਲ ਦਾ ਮੂੰਹ ਵੇਖੋ ਜਿਵੇਂ ਕਾਲਾ ਪੀ ਲਿਆ ਹੋਇਆ ਹੁੰਦਾ, ਸੁਖਬੀਰ ਦਾ ਪਜਾਮਾ ਡਿੱਗੀ ਜਾਂਦਾ, ਹਰਸਿਮਰਤ ਦੇ ਬੁੱਲਾਂ ਤੇ ਸਿੱਕਰੀ ਆਈ ਪਈ ਹੈ, ਤੇ ਫਿਰ ਬਲੀ ਦਾ ਬੱਕਰਾ ਕਿਉਂ ਨਾ? ਬਲੀ ਦਾ ਬੱਕਰਾ ਐਕਤੀ ਜਿਹੜੀ ਬੱਕਰੀ ਬਣਾਈ ਆ ਉਹ ਹਰਸਿਮਰਤ ਬਣਾਈ ਆ, ਤੇ ਲੋਕ ਵੇਖਿਆ ਜੇ ਗਾਟਾ ਕਿਵੇਂ ਲਾਉਂਦੇ, ਉਹ ਜਿਹੜਾ ਖੂਨ ਹੋਊਗਾ ਉਸੇ ਖੂਨ ਨਾਲ ਟੀ ਟੀ ਕਰਾਉਣਗੇ 19 ਤਰੀਕ ਨੂੰ ਪੰਜੇ ਦਾ ਬਟਨ ਦੱਬ ਕੇ, ਔਰ ਰਾਜੇ ਵੜਿੰਗ ਨੂੰ 1.5 ਲੱਖ ਵੋਟ ਤੇ ਜਿਤਾ ਕੇ ਭੇਜਣਗੇ। ਜੀਰੇ ਸਾਹਿਬ, ਬੜੀ ਬੇਬਾਕੀ ਨਾਲ ਤੁਸੀਂ ਬੋਲਦੇ ਹੋ, ਪਰ ਤੁਸੀਂ ਪਿੱਛੇ ਇੱਕ ਮੁੱਦਾ ਚੁੱਕਿਆ ਸੀਗਾ ਨਸ਼ੇ ਦੇ ਖਿਲਾਫ, ਫਿਰ ਤੁਸੀਂ ਆਪ ਵੀ ਚੁੱਪ ਕਰ ਗਏ? ਅੱਜ ਵੀ ਉਸ ਮੁੱਦੇ ਤੇ ਆ, ਅੱਜ ਵੀ ਉਸ ਮੁੱਦੇ ਤੇ ਆ। ਕੈਪਟਨ ਅਮਰਿੰਦਰ ਸਿੰਘ ਜੀ ਨੇ ਸਹੁੰ ਖਾਧੀ ਸੀ ਕਿ ਗੁਟਕਾ ਸਾਹਿਬ ਫੜ ਕੇ ਅਸੀਂ ਲੱਕ ਤੋੜਾਂਗੇ। ਕੈਪਟਨ ਅਮਰਿੰਦਰ ਸਿੰਘ ਨੇ, ਉਹਨਾਂ ਦੇ MLA ਨੇ ਔਰ ਉਹਨਾਂ ਦੇ ਥਰਡੇ ਪੰਚਾਂ ਸਰਪੰਚਾਂ ਨੇ ਰਲ ਕੇ ਨਸ਼ੇ ਦੇ ਅਸੀਂ ਰੋਕਥਾਮ ਕੀਤੀ ਹੈ, ਪਰ ਨਸ਼ਾ ਖਤਮ ਨਹੀਂ ਹੋਇਆ, ਨਸ਼ਾ ਖਤਮ ਕਰਕੇ ਹੀ ਸਾਹ ਲਵਾਂਗੇ। ਪਰ ਪੁਲਿਸ ਤੇ ਵੀ ਤੁਸੀਂ ਆਰੋਪ ਲਾਏ ਸੀ, ਉਸ ਤੋਂ ਬਾਅਦ ਸਾਰਾ ਕੁਝ ਠੰਡਾ ਪੈ ਗਿਆ? ਤੇ ਉਹ ਮੈਂ ਤਾਂ ਅੱਜ ਵੀ ਕਾਲੀਆਂ ਭੇਡਾਂ ਕਹਿੰਦਾ, ਕਾਲੀਆਂ ਭੇਡਾਂ ਕੱਢ ਕੇ ਹਟਾਂਗੇ, ਹੌਸਲਾ ਤਾਂ ਰੱਖੋ। ਹੁਣ ਕੈਂਪੇਨਿੰਗ ਸ਼ੁਰੂ ਹੋ ਚੁੱਕੀ ਹੈ ਸੋਸ਼ਲ ਮੀਡੀਆ ਤੇ ਵੀ, ਜਿਵੇਂ ਹੈ ਨਾ ਕਿਆਸ ਲਾਏ ਜਾ ਰਹੇ ਨੇ ਕਿ ਫਲਾਣਾ ਬੰਦਾ ਇੰਨੀ ਵੋਟਾਂ ਤੋਂ ਜਿੱਤੇਗਾ, ਤੁਸੀਂ ਕੀ ਮੰਨਦੇ ਹੋ ਕਿ ਰਾਜਾ ਵੜਿੰਗ ਕਿੰਨੀ ਵੋਟਾਂ ਤੋਂ ਹੁਣ ਜਿੱਤਾ ਸਕਦਾ? ਮੈਂ ਤਾਂ ਵੀਰੇ 1.5 ਲੱਖ ਤੇ ਕਹਿੰਦਾ, 1.5 ਤੋਂ 2 ਹੋ ਸਕਦੀ ਹੈ, ਲੱਖ ਨਹੀਂ ਹੁੰਦੀ। ਇਸੇ ਤੁਸੀਂ ਤੇ ਇੱਥੇ ਮੈਂ, ਤੁਸੀਂ ਵੇਖਿਆ ਜੇ ਇਹ ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਣੀਆਂ ਨੇ। ਲੰਬੀ ਹਲਕਾ ਇਹ ਕਹਿੰਦੇ ਸਾਡਾ ਆਪਦਾ ਹੈ, ਲੰਬੀ ਹਲਕੇ ਦੇ ਵਿੱਚੋਂ ਰਾਜਾ ਵੜਿੰਗ 5,000 ਵਧੇ, ਰਾਜਾ ਵੜਿੰਗ 10,000 ਵਜੇ, ਰਾਜਾ ਵੜਿੰਗ ਵਧੇਗਾ, ਬਾਦਲ ਕਦੀ ਨਹੀਂ ਵਧਣਗੇ। ਥੈਂਕ ਯੂ ਜੀ ਸਾਡੇ ਨਾਲ ਗੱਲਬਾਤ ਕਰਨ ਲਈ। ਇਹ ਸੀ ਕੁਲਬੀਰ ਸਿੰਘ ਜੀਰਾ ਜਿਨ੍ਹਾਂ ਵੱਲੋਂ ਜਾਣਕਾਰੀ ਦਿੱਤੀ ਹੈ ਕਿ ਵੱਡੀ ਵੋਟਾਂ ਦੇ ਨਾਲ ਇਸ ਵਾਰ ਦੀ ਲੋਕ ਸਭਾ ਚੋਣਾਂ ਦੇ ਵਿੱਚ ਜਿੱਤ ਹਾਸਲ ਕੀਤੀ ਜਾਵੇਗੀ। ਕੈਮਰਾਮੈਨ ਹੈਪੀ ਦੇ ਨਾਲ ਜੁਗਨੂੰ ਸ਼ਰਮਾ, ਦੈਨਿਕ ਸਵੇਰਾ TV, ਪਿੰਡ ਬਲਾਡੇ ਵਾਲਾ, ਬਠਿੰਡਾ।